ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਹਰਮਨਪ੍ਰੀਤ ਆਪਣੀ ਨਿੱਜੀ ਗੱਡੀ ਵਿੱਚ ਸਵਾਰ ਹੋ ਕੇ ਮੋਗਾ ਦੀ ਧਰਤੀ ਤੇ ਪਹੁੰਚੀ। ਹਰਮਨ ਨੂੰ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਪਾਇਲਟ ਗੱਡੀ ਵੀ ਹਰਮਨ ਦੀ ਗੱਡੀ ਦੇ ਨਾਲ ਲਗਾਈ ਗਈ। ਮੋਗਾ ਦੇ ਪਿੰਡ ਲੰਡੇਕੇ ਵਿਖੇ ਹਰਮਨ ਦਾ ਸਵਾਗਤ ਕਰਨ ਤੋਂ ਬਾਅਦ ਉਸ ਨੂੰ ਖੁੱਲ੍ਹੀ ਜੀਪ 'ਚ ਬਿਠਾਇਆ ਗਿਆ ਅਤੇ ਹੁਣ ਹਰਮਨ ਨੂੰ ਪੂਰੇ ਸ਼ਹਿਰ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦੌਰਾ ਵੀ ਕਰਵਾਇਆ ਗਿਆ। ਹਰਮਨ ਦਾ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਮੋਗਾ ਦੇ DC ਦਿਲਰਾਜ ਸਿੰਘ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਡਾਕਟਰ ਹਰਜੋਤ ਕਮਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਲਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਅਜੇ ਸ਼ਰਮਾ, ਪੰਜਾਬ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ, ਲਾਇਨਸ ਕਲੱਬ ਮੋਗਾ ਐਕਟਿਵ ਦੇ ਪ੍ਰਧਾਨ ਅਨੁਜ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਸ਼ਾਮਲ ਸਨ। आप एक लड़की होने के नाते इतना ऊंची और जा रहे हो, क्या कहना चाहोगे इसके बारे में? बच्चे को बुला रहे हैं, लड़की लड़के बड़ा भेदभाव क्यों करते हो? कोई भी कर सकता है कि मैं। हरमन जी एक बात बताएं कि आप 9 साल से क्रिकेट खेल रहे हैं, पंजाब की तरफ से आपको पहले कोई जॉब ऑफर वगैरह नहीं किया गया, इस बार कैप्टन साहब ने आपको जो है DSP का जॉब ऑफर किया, आपको कैसा महसूस होगा? अच्छा लग रहा है, इतने सालों से मेहनत करती आ रही थी लेकिन कभी तो जॉब एक ही रखने पड़ेंगे, क्या आप सेंट्रल गवर्नमेंट की जॉब रखेंगे या पंजाब की गवर्नमेंट रखेंगे? सर वो एक बार मिलने के बाद ही वहाँ पे पंजाब सरकार ने जो ऑफर दिया है उसमें तो आप खुश हैं पंजाब गवर्नमेंट की तरफ से जो आपको जॉब मिला है? अच्छा लग रहा है।